ਵੀ ਚਾਹੁੰਦਾ ਤੇ ਤੁਸੀਂ ਦੇਖ ਰਹੇ ਹੋ ਜੀ ਫਵਾੜਾ ਹੈਡਲਾਈਨ ਲਾਈਵ ਤੇ ਸਾਡੀ ਵਿਸ਼ੇਸ਼ ਪੇਸ਼ਕਸ਼। ਟੀਵੀ ਦਾ ਯੁੱਗ ਖਤਮ ਹੋ ਗਿਆ ਹੈ ਪਰ ਟੀਵੀ ਦੇ ਯੁੱਗ ਦੇ ਵਿੱਚ ਫਵਾੜਾ ਦੇ ਵਿੱਚ ਸੈਂਟਰ ਟਾਊਨ ਵਿੱਚ ਇੱਕ ਅਜਿਹੀ ਦੁਕਾਨ ਜੋ ਟੀਵੀ ਖਰਾਬ ਹੋਣ ਤੋਂ ਬਾਅਦ ਅਗਰ ਜੇਕਰ ਉਸਦਾ ਕੋਈ ਵੀ ਨੁਕਸ ਸਾਨੂੰ ਕਿਤੇ ਨਹੀਂ ਲੱਭ ਰਿਹਾ ਸੀ ਤਾਂ ਤੁਸੀਂ ਇਸ ਦੁਕਾਨ ਤੇ ਆਉਂਦੇ ਸੀ ਔਰ ਇੱਥੇ ਆ ਕੇ ਤੁਹਾਡੇ ਸਾਰੇ ਜੋ ਉਸਦੀ ਮੁਸ਼ਕਲ ਹੈ ਟੀਵੀ ਦੀ ਉਹ ਹੱਲ ਹੋ ਜਾਂਦੀ ਸੀ। ਇੱਕ ਅਜਿਹੀ ਦੁਕਾਨ ਜਿਸ ਨੇ ਫਗਵਾੜਾ ਵਿੱਚ 40 ਸਾਲ ਦੀ ਇੱਕ ਵੱਡੀ ਸੇਵਾ ਕੀਤੀ ਔਰ ਖਾਸ ਤੌਰ ਤੇ ਸੇਵਾ ਸੀ ਇਸ ਲਈ ਕਹਿ ਰਹੇ ਹਾਂ ਕਿਉਂਕਿ ਬਹੁਤ ਹੀ ਵਾਜਬ ਰੇਟਾਂ ਤੇ ਐਸ ਕੇ ਜੋ ਇਲੈਕਟ੍ਰੋਨਿਕਸ ਹੈ ਇੱਥੇ ਸੈਂਟਰ ਟਾਊਨ ਦੇ ਵਿੱਚ ਉਹਨਾਂ ਨੇ ਜਿਹੜੇ ਵੀ ਲੋਕ ਉਹਨਾਂ ਕੋਲ ਆਏ ਜਿਹੜੇ ਵੀ ਕਸਟਮਰ ਉਹਨਾਂ ਕੋਲ ਆਏ ਉਹਨਾਂ ਦੀ ਸੈਟਿਸਫੈਕਸ਼ਨ ਨਹੀਂ ਕਰਾਈ ਬਲਕਿ ਉਹਨਾਂ ਨੂੰ ਬੜੇ ਵਾਜਬ ਰੇਟਾਂ ਤੇ ਜੋ ਹੈ ਉਹਨਾਂ ਦੇ ਟੀਵੀ ਦੇ ਠੀਕ ਵੀ ਕੀਤਾ। ਹੁਣ ਐਲਈਡੀ ਦਾ ਯੁੱਗ ਹੈ ਔਰ ਐਲਈਡੀ ਦੇ ਯੁੱਗ ਵਿੱਚ ਵੀ ਇਸ ਕੋਲ ਇਲੈਕਟ੍ਰੋਨਿਕਸ ਆਪਣਾ ਵੱਡਾ ਯੋਗਦਾਨ ਪਾ ਰਿਹਾ ਹੈ ਪਰ ਸਾਡੇ ਨਾਲ ਨੇ ਇੱਥੋਂ ਦੇ ਮਾਲਕ ਐਸ ਕੇ ਟੀਵੀ ਦੇ। ਕਿਸ ਤਰ੍ਹਾਂ ਦਾ ਲੱਗ ਰਿਹਾ ਜੀ 40 ਸਾਲ ਹੋ ਗਿਆ ਸਾਨੂੰ ਸੇਵਾ ਕਰਦਿਆਂ ਨੂੰ ਔਰ ਇਹ ਕਿੱਦਾਂ ਦਾ ਸਫ਼ਰ ਰਿਹਾ ਤੁਹਾਡਾ? ਮਨ ਨੂੰ ਸ਼ਾਂਤੀ ਹੈ ਜੀ, ਅਸੀਂ ਬੜੀ ਇਮਾਨਦਾਰੀ ਨਾਲ ਕਰਦੇ ਹਾਂ, ਆਪਣੇ ਮਿਹਨਤ ਲੈਣ ਦਾ ਮਤਲਬ ਹੈ ਸਾਨੂੰ ਪਾਰਟਸ ਜੋ ਬਾਜ਼ਾਰ ਦਾ ਉਹੀ ਰੇਟ ਲੱਗਦਾ। ਔਰ ਇੱਕ ਉਦਾਂ ਦਾ ਯੁੱਗ ਸੀ ਜਦੋਂ ਤੁਹਾਡਾ ਟੀਵੀ ਖਰਾਬ ਆ ਜਾਵੇ ਬੱਚਿਆਂ ਲਈ ਘਰਦਿਆਂ ਲਈ ਬੜਾ ਮੁਸ਼ਕਲ ਹੋ ਜਾਂਦਾ ਸੀ ਵੀ ਫਟਾਫਟ ਟੀਵੀ ਠੀਕ ਹੋਵੇ ਤੇ ਬੜੀਆਂ ਲਾਈਨਾਂ ਅਸੀਂ ਦੇਖ ਰਹੇ ਹਾਂ ਬੜੀਆਂ ਲਾਈਨਾਂ ਲੱਗੀਆਂ ਹੁੰਦੀਆਂ ਸੀ ਪਰ ਉਸ ਤੋਂ ਬਾਅਦ ਵੀ ਤੁਸੀਂ ਹਰ ਕਸਟਮਰ ਨੂੰ ਸੈਟੀਸਫਾਈ ਕਰਾਉਂਦੇ ਸੀ। ਬਿਲਕੁਲ ਬਿਲਕੁਲ। ਤੇ ਅੱਜ ਹੁਣ ਜਦੋਂ ਐਲਈਡੀ ਯੁੱਗ ਆ ਸਾਨੂੰ ਕੀ ਲੱਗਦਾ? ਪਹਿਲਾਂ ਤਾਂ ਇਹ ਦੱਸੋ ਰੋਜ਼ਗਾਰ ਤੇ ਕਿੰਨਾ ਫਰਕ ਪਿਆ ਤੁਹਾਡਾ ਪਹਿਲੇ ਦੇ ਮੁਕਾਬਲੇ? ਸਾਨੂੰ ਕੋਈ ਖਾਸ ਫਰਕ ਨਹੀਂ ਪਿਆ। ਠੀਕ ਹੈ ਜੀ। ਸਾਡੇ ਜਾਇਜ਼ ਰੇਟ ਆ, ਇਮਾਨਦਾਰੀ ਨਾਲ ਕੰਮ ਕਰਦੇ ਆ। ਓਕੇ। ਹਾਂ, ਸਾਡੀ ਦੁਕਾਨ ਭਾਵੇਂ ਛੋਟੀ ਆ ਲੇਕਿਨ ਜਿੰਨਾ ਦੁਕਾਨ ਦੇ ਹਿਸਾਬ ਨਾਲ ਕੰਮ। ਤੇ ਹੁਣ ਕੀ ਕੀ ਤੁਸੀਂ ਸੇਵਾਵਾਂ ਦੇ ਰਹੇ ਹੋ? ਐਲਈਡੀ ਵਗੈਰਾ ਕਰ ਰਹੇ ਹੋ? ਐਲਈਡੀ ਔਰ ਟੀਵੀ ਰਿਪੇਅਰ। ਟੀਵੀ ਰਿਪੇਅਰ ਵੀ ਕਰ ਰਹੇ ਹੋ। ਔਰ ਤੁਸੀਂ ਦੇਖ ਰਹੇ ਹੋ ਇਹ ਸਾਡੀ ਛੋਟੀ ਜਿਹੀ ਪੇਸ਼ਕਸ਼। ਜੇਕਰ ਤੁਹਾਡੇ ਪੁਰਾਣਾ ਟੀਵੀ ਹੈ ਘਰ ਵਿੱਚ ਤੇ ਉਹ ਖਰਾਬ ਹੈ ਤਾਂ ਤੁਹਾਨੂੰ ਬੇਫਿਕਰ ਹੋ ਜਾਓ ਕਿਉਂਕਿ ਉਹ ਵੀ ਠੀਕ ਹੋ ਸਕਦਾ ਭਾਵੇਂ ਕਿ ਅੱਜ ਯੁੱਗ ਐਲਈਡੀ ਦਾ ਹੈ ਪਰ ਬਹੁਤ ਸਾਰੇ ਲੋਕ ਉਸਨੂੰ ਕਿਸੇ ਨੇ ਗਿਫਟ ਦਿੱਤਾ ਹੁੰਦਾ ਹੈ, ਕਿਸੇ ਨੂੰ ਦਾਜ ਵਿੱਚ ਆਇਆ ਹੁੰਦਾ ਹੈ ਟੀਵੀ ਤੇ ਹਰ ਕੋਈ ਚਾਹੁੰਦਾ ਹੈ ਕਿ ਉਹ ਟੀਵੀ ਜਿਹੜਾ ਆ ਉਹਨਾਂ ਦਾ ਠੀਕ ਹੋਵੇ ਤੇ ਤੁਸੀਂ ਠੀਕ ਕਰਾ ਸਕਦੇ ਹੋ। ਐਸ ਕੇ ਟੀਵੀ ਨੂੰ ਮਿਲੋ ਸੈਂਟਰ ਟਾਊਨ ਦੇ ਵਿੱਚ, ਤੁਹਾਡੀ ਹਰ ਮੁਸ਼ਕਲ ਦਾ ਇਲਾਜ, ਹਰ ਮੁਸ਼ਕਲ ਜੋ ਹੈ ਉਸਦੀ ਸਲਿਊਸ਼ਨ ਹੋ ਸਕਦਾ ਹੈ। ਕੈਮਰਾਮੈਨ ਪਵਨ ਪਿੰਕਾ ਨਾਲ ਦੀ ਫਗਵਾੜਾ ਹੈਡਲਾਈਨ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ।